लुधियाना एसटीएफ पुलिस ने साबका अकाली सरपंच गुरदीप सिंह राणो दे प्रोटेक्शन रिमांड दौरान वड्डी मात्रा विच हैरोइन अते कार बरामद करन विच सफलता हासिल कीती है। इस मामले संबंधी जानकारी दिंदिया सब इंस्पैक्टर गुरचरण सिंह ने दस्सिया कि पुछगिछ दौरान गुरदीप सिंह राणो दी निशानदेही ते करनैल सिंह नगर दुगरी तो 418 ग्राम हैरोइन होर बरामद कीती गई है। उन्होंने दस्सिया कि गुरदीप ने पुछगिछ दौरान एक होर साथी बारे दस्सिया जिसनु हुण काबू कर लिया गया है। दस दईए कि गुरदीप सिंह राणो दे मामले विच पुलिस हुण तक 31 किलो 418 ग्राम हैरोइन अते 6 किलो आइस ड्रग तो इलावा 12 लग्जरी कार बरामद कर चुकी है। ਅਸੀਂ ਇੱਕ ਮੁਕੱਦਮਾ ਨੰਬਰ 144 ਨੰਬਰ ਮੁਕੱਦਮਾ 29/10 ਜਿਹੜਾ 2020 ਨੂੰ ਜਿਹੜਾ ਮਨਜੀਤ ਸਿੰਘ ਮੰਨਾ ਵਗੈਰਾ ਦੇ ਖਿਲਾਫ ਦਰਜ ਕੀਤਾ ਸੀਗਾ। ਮਿਤੀ 1/11 ਨੂੰ ਅਸੀਂ ਮਨਜੀਤ ਸਿੰਘ ਨੂੰ ਜਿਹੜਾ ਗ੍ਰਿਫਤਾਰ ਕੀਤਾ ਸੀ ਅਤੇ ਨਾਲ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀਗਾ। ਅਤੇ ਕੁੱਲ ਤਿੰਨਾਂ ਦੋਸ਼ੀਆਂ ਤੋਂ ਅਸੀਂ ਪਹਿਲਾਂ 31 ਕਿਲੋ ਹੈਰੋਨ, 6 ਕਿਲੋ ਅਤੇ ਆਈਸ ਅਤੇ 2 ਕਿਲੋ ਨਸ਼ੀਲਾ ਪਾਊਡਰ ਜਿਹੜਾ ਬਰਾਮਦ ਕੀਤਾ ਸੀ ਉਹਨਾਂ ਤੋਂ। ਉਹਨਾਂ ਦੀ ਪੁੱਛਗਿੱਛ ਦੇ ਤੋਂ ਬਾਅਦ ਜਿਹੜਾ ਇਹ ਸਰਪੰਚ ਜਿਹੜਾ ਇਹ ਗੁਰਦੀਪ ਸਿੰਘ ਆ ਅਤੇ ਉਹਦਾ ਸਾਥੀ ਅਰਵੇਸ਼ ਸਿੰਘ ਅਤੇ ਰਣਦੀਪ ਸਿੰਘ ਉਰਫ ਰਣੀਆ, ਇਹਨਾਂ ਨੂੰ ਅਸੀਂ 10/11/2020 ਨੂੰ ਮੁਕੱਦਮੇ 'ਚ ਨਾਮਜ਼ਦ ਕੀਤਾ ਸੀਗਾ। ਹੁਣ ਇਹਨਾਂ ਨੂੰ ਅਸੀਂ 10 ਤਰੀਕ ਨੂੰ ਜੇਲ੍ਹ 'ਚੋਂ ਪ੍ਰੋਡਕਸ਼ਨ ਪੁਆਇੰਟ 'ਤੇ ਲਿਆ ਕੇ ਇਹਨਾਂ ਨੂੰ ਜਿਹੜੀ ਇਹ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦੀ ਜਿਹੜੀ ਇਹ ਗ੍ਰਿਫਤਾਰੀ ਪਾਈ ਆ ਅਤੇ ਇਹਨਾਂ ਦਾ 4 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਇਹ ਹਾਸਲ ਕੀਤਾ ਗਿਆ ਸੀਗਾ। ਸਰ ਕੋਈ ਖੁਲਾਸੇ ਵੀ ਹੋਏ ਕੋਈ ਨਵੇਂ ਬਰਾਮਦੀ? ਹਾਂਜੀ, ਇਹਨਾਂ ਦੇ ਕੱਲ੍ਹ ਅਸੀਂ ਜਿਹੜਾ ਇਹ ਗੁਰਦੀਪ ਸਿੰਘ ਸਰਪੰਚ ਤੋਂ 418 ਗ੍ਰਾਮ ਹੈਰੋਨ ਅਤੇ ਜਿਹੜੀ ਇੱਕ ਇਨੋਵਾ ਕਾਰ ਆ ਇਹ ਮੁਹੱਲਾ ਸ਼ਹੀਦ ਕਰਨੈਲ ਸਿੰਘ ਨਗਰ ਪੱਖਾ ਰੋਡ ਲੁਧਿਆਣਾ ਤੋਂ ਜਿਹੜੀ ਬਰਾਮਦ ਕੀਤੀ ਸੀ। ਉੱਥੇ ਹੋਰ ਵੀ ਇਹਨਾਂ ਦੇ ਕੋਈ ਲਿੰਕ ਸਾਹਮਣੇ ਆਏ? ਇਹਨਾਂ ਦੇ ਲਿੰਕ ਨੇ ਜਿਹੜਾ ਇੱਕ ਹਰਮਿੰਦਰ ਸਿੰਘ ਰੰਧਾਵਾ ਅਤੇ ਤਨਵੀਰ ਸਿੰਘ ਬੇਦੀ ਆ। ਜਿਹੜਾ ਹਰਮਿੰਦਰ ਸਿੰਘ ਰੰਧਾਵਾ ਉਹ ਥਾਈਲੈਂਡ 'ਚ ਆ ਅਤੇ ਜਿਹੜਾ ਤਨਵੀਰ ਸਿੰਘ ਆ ਉਹ ਆਸਟ੍ਰੇਲੀਆ ਬੈਠਾ ਹੈ। ਉਹ ਆਪਣਾ ਬਾਹਰੋਂ ਇਹਨਾਂ ਨਾਲ ਗੱਲਬਾਤ ਕਰਕੇ ਸਾਰਾ ਜਿਹੜਾ ਹੈਰੋਨ ਦਾ ਜਿਹੜਾ ਇਹ ਰਕਤ ਧੰਦਾ ਚਲਾਉਂਦੇ ਨੇ। ਸਰ ਇਹ ਜੇਲ੍ਹ ਦੇ ਵਿੱਚੋਂ ਵੀ ਪਤਾ ਲੱਗਿਆ ਵੀ ਕਹਿੰਦੇ ਵੀ ਇਹ? ਹਾਂਜੀ, ਇਹ ਨਾ ਅਭਿਨੰਦਰ ਸਿੰਘ ਸੈਂਟੀ ਅਤੇ ਇੱਕ ਕੇਵਲ ਕ੍ਰਿਸ਼ਨ, ਇਹ ਪਹਿਲਾਂ ਹੀ ਜਿਹੜੇ ਹੈਰੋਨ ਦੇ ਕੇਸ ਵਿੱਚ ਸੈਂਟਰ ਜਿਹੜੇ ਲੁਧਿਆਣਾ ਬੰਦ ਨੇ। ਉਹ ਗੁਰਦੀਪ ਸਿੰਘ ਸਰਪੰਚ ਨਾਲ ਬਾਹਰ ਜਿਹੜੀ ਗੱਲਬਾਤ ਕਰਕੇ ਉਹ ਆਪਣੇ ਬੰਦੇ ਭੇਜ ਕੇ ਜਿਹੜੀ ਉਹ ਹੈਰੋਨ ਦੀ ਸਪਲਾਈ ਅੱਗੇ ਦਵਾਉਂਦੇ ਸੀਗੇ ਅਤੇ ਆਪਣਾ ਕਮਿਸ਼ਨ ਜਿਹੜਾ ਵਗੈਰਾ ਲੈ ਲੈਂਦੇ ਸੀਗੇ। ਹੁਣ ਅਗਲੀ ਕਾਰਵਾਈ ਕੀ ਹੈ ਸਰ? ਅਗਲੀ ਕਾਰਵਾਈ ਇਹਨਾਂ ਦਾ ਹੁਣ ਫਿਰ ਆ, ਇਹਨਾਂ ਦਾ ਪੁਲਿਸ ਰਿਮਾਂਡ ਆ, ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਨਾ। ਬਾਕੀ ਇਹਨਾਂ ਤੋਂ ਸਾਰੀ ਜਿਹੜੀ ਫਰਦਰ ਪੁੱਛ ਹੋਊਗੀ ਉਹ ਮੁਤਾਬਕ ਕਾਰਵਾਈ ਕੀਤੀ ਜਾਊਗੀ। ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ। ਫਗਵਾੜੇ ਸਿੰਘ ਟ੍ਰੋਨਿਕ ਨੇ ਮੋਬਾਈਲਾਂ ਦੀ ਦੁਨੀਆ ਵਿੱਚ ਕੀਤਾ ਧਮਾਕਾ। ਕੋਈ ਵੀ ਨਵਾਂ ਫੋਨ ਖਰੀਦੋ ਤੇ ਨਾਲ ਲੈ ਜਾਓ ਦੂਜਾ ਫੋਨ ਫ੍ਰੀ। ਇੱਥੇ ਆਨਲਾਈਨ ਨਾਲੋਂ ਵੀ ਮਿਲ ਰਹੇ ਨੇ ਸਸਤੇ ਫੋਨ। ਸਾਂਝ ਟੀਵੀ ਦੇ ਦਰਸ਼ਕਾਂ ਲਈ ਨਿਕਲਣਗੇ ਕਈ ਵੱਡੇ ਇਨਾਮ। ਨਾਲ ਹੀ ਸੈਕਿੰਡ ਹੈਂਡ ਫੋਨ ਖਰੀਦੋ ਤੇ ਪਸੰਦ ਨਾ ਆਉਣ ਤੇ 7 ਦਿਨਾਂ ਵਿੱਚ ਵਾਪਸ ਕਰਕੇ ਨਵਾਂ ਲੈ ਜਾਓ। ਗ੍ਰਾਹਕ ਦਾ ਸਮਾਂ ਬਚਾਉਂਦੇ ਹੋਏ ਸਿਰਫ 1 ਘੰਟੇ ਦੇ ਅੰਦਰ ਅੰਦਰ ਕੀਤੀ ਜਾਂਦੀ ਹੈ ਮੋਬਾਈਲ ਦੀ ਰਿਪੇਅਰ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਪਹੁੰਚੋ ਸਿੰਘ ਟ੍ਰੋਨਿਕ ਮੋਬਾਈਲਸ ਗੈਜਟਸ ਐਂਡ ਮੋਰ ਗੁਰੂ ਹਰਗੋਬਿੰਦ ਨਗਰ ਫਗਵਾੜਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98141-0184, 98552-22000।